ਤਰਨ ਤਾਰਨ ਦੇ ਥਾਣਾ ਬਲਟੋਹਾ ਅਧੀਨ ਪੈਂਦੇ ਪਿੰਡ ਆਸਲ ਉਤਾੜ ਵਿਖੇ 32 ਸਾਲਾ ਮਾਮੇ ਵੱਲੋਂ ਆਪਣੀ 12 ਸਾਲ ਦੀ ਸਕੀ ਭਣੇਵੀ ਨੂੰ ਵਰਗਲਾ ਕੇ ਲੈ ਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਲੜਕੀ ਦੀ ਮਾਂ ਅਮਨਦੀਪ ਕੌਰ ਲੁਧਿਆਣਾ ਨੇ ਦੱਸਿਆ ਕਿ ਬੀਤੇ ਦਿਨੀ ਉਹ ਆਪਣੇ 3 ਬੇਟੀਆਂ ਨਾਲ ਲੁਧਿਆਣਾ ਤੋਂ ਆਪਣੇ ਪੇਕੇ ਪਿੰਡ ਆਸਲ ਉਤਾੜ ਆਈ ਹੋਈ ਸੀ ਤਾਂ ਜਦ ਅਸੀਂ ਵਾਪਸ ਲੁਧਿਆਣਾ ਜਾਣਾ ਸੀ ਸਵੇਰੇ ਮੇਰੀ ਜਾ ਖੁੱਲੀ ਤਾਂ ਵੇਖਿਆ ਕਿ ਮੇਰੀ 12 ਸਾਲਾ ਲੜਕੀ ਆਪਣੇ ਬਿਸਤਰੇ ਉੱਪਰ ਨਹੀਂ ਸੀ ਜਿਸ ਦੀ ਕਾਫੀ ਭਾਲ ਕੀਤੀ ਗਈ ਪਰ ਉਹ ਨਹੀਂ ਮਿਲੀ। उसने दोष लगाए हैं कि गुरबेज सिंह मेरी लड़की नूं व्याह करवाउण दा झांसा दे के वरगला के लै गया है जिसकी शिकायत मैं तुरंत पुलिस नूं कर दित्ती पर कई घंटे बीत जाण दे बावजूद भी पुलिस वालों कोई कार्रवाई नहीं की जा रही। जे असीं पुलिस नूं जाके कार्रवाई लई कहिंदे हां तां अग्गों पुलिस वाले सानूं नहीं दिंदे। अमनदीप कौर की गल हुई बेटी? बेटी बस मैं इत्थे रहण वास्ते आई सी बुधवार नूं ते मैं वापस जा रही सी गड्डी नाश्ता करदी पई आ बेटी मेरी कह रोटी फड़ा के मैनूं गई घरों पता नहीं लगा कि वे चलेगी बाहर दी। केड़ी जगह तुसीं रहिंदे जी? मैं लुधियाने। ते इत्थे की करन आए? मैं वैसे रहण आई सी इत्थे दो तीन। की इत्थे तुहाडे की रिश्तेदारी है? ए मेरे पेके ने। लड़की दा की नाम? जगजीत कौर। किन्नी उम्र आ दी? 12 साल ते 8 महीने। ते जिन्ने व्यक्ति दे नाल गई ओहदा नाम की है? मामा आया दा सगा गुरपेज सिंह। ओहदी किन्नी उम्र? ओह 32 साल दा है। ਕੋਈ ਇਸ ਸੰਬੰਧੀ ਦਰਖਾਸਤ ਦਿੱਤੀ ਥਾਣੇ? ਹਾਂਜੀ ਦਰਖਾਸਤ ਦਿੱਤੀ ਪਰਚਾ ਕਰਾਇਆ ਹੈ। ਕੋਈ ਕਾਰਵਾਈ ਹੋਈ ਹੈ? ਕਾਰਵਾਈ ਕੋਈ ਨਹੀਂ ਡੇਗੀ ਫੋਨ ਪੁਲਿਸ ਵਾਲੇ ਕਹਿੰਦੇ ਗੱਡੀ ਕਰੋ ਆਪਣੀ ਫਿਰ ਚੱਲਦੇ ਤੁਹਾਡੇ ਨਾਲ। ਕੋਈ ਕਾਰਵਾਈ ਨਹੀਂ ਕਰਦੇ? ਨਹੀਂ ਕੋਈ ਸਰਕਾਰ ਨਹੀਂ। ਕੀ ਮੰਗ ਕਰਦੇ? ਮੰਗ ਬਸ ਇਹ ਹੀ ਹੈ ਕਿ ਮੇਰਾ ਬੱਚਾ ਵਾਪਸ ਮੈਨੂੰ ਮਿਲੇ ਬਸ। ਕੀ ਨਾਮ ਭਾਈ ਤੁਹਾਡੇ? ਮੇਰਾ ਨਾਮ ਮਨਪ੍ਰੀਤ ਸਿੰਘ ਹੈ ਸਰ ਜੀ। ਕੀ ਗੱਲ ਹੋਈ ਜਿਹੜੀ ਬੇਟੀ ਨੇ? ਸਰ ਜੀ ਮੇਰੀ ਬੇਟੀ ਆਈ ਹੋਈ ਸੀ ਨਾਨਕੇ ਸਰ ਸਵੇਰੇ 5 ਵਜੇ ਦਾ ਟਾਈਮ ਸੀ ਇਹਨਾਂ ਨੇ ਵਾਪਸੀ ਜਾਣਾ ਸੀ ਅਤੇ 6 ਵਜੇ ਗੱਡੀ ਘਰ ਆ ਕੇ ਲੱਗੀ 6:30 ਵਜੇ ਉਹਦੇ ਬਾਅਦ ਸਰ ਜੀ ਮੇਰਾ ਜਿਹੜਾ ਪਤਾ ਹੀ ਨਹੀਂ ਲੱਗਾ ਕੁੜੀ ਨਹਾਉਣ ਗਈ ਆ ਉਹਦੇ ਬਾਅਦ ਕੁੜੀ ਸਾਡੇ ਕੋਲ ਵਾਪਸ ਆਏ ਨਹੀਂ ਪਤਾ ਨਹੀਂ ਚੱਕ ਕੇ ਲੈ ਗਏ ਨੇ ਪਤਾ ਨਹੀਂ ਕਿਤਨਾ ਗਈ ਆ ਸਾਨੂੰ ਇਹ ਨਹੀਂ ਪਤਾ ਜੀ। ਕੁੜੀ ਦੀ ਉਮਰ ਕਿੰਨੀ ਹੈ ਜੀ? ਕੁੜੀ ਦੀ ਉਮਰ 12 ਸਾਲ ਅਤੇ 8 ਮਹੀਨੇ ਦੀ ਆ ਸਰ। ਅਤੇ ਜਿਹੜਾ ਲੈ ਕੇ ਗਿਆ ਵਿਅਕਤੀ ਉਹ ਕੌਣ ਆ? ਕੁੜੀ ਦਾ ਕੀ ਲੱਗਦਾ? ਉਹ ਕੁੜੀ ਦਾ ਸਕਾ ਮਾਮਾ ਲੱਗਦਾ ਜੀ ਅਤੇ ਉਹਦੀ ਉਮਰ 30-32 ਸਾਲ ਹੈ ਸਰ। ਉਹਦਾ ਅਸੀਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਹੀ CCTV ਕੈਮਰੇ ਜਗ੍ਹਾ ਜਗ੍ਹਾ ਫੋਲਦੇ ਫਿਰਦੇ ਹਾਂ। ਜਦੋਂ ਅਸੀਂ 112 ਨੰਬਰ 'ਤੇ ਕਾਲ ਕਰਕੇ ਬੋਲਿਆ ਕਿ ਹਾਂਜੀ ਅਸੀਂ ਇਸ ਤਰ੍ਹਾਂ ਕੰਮ ਕਰ ਲਾਂਗੇ ਅਸੀਂ ਆਤਮ ਹੱਤਿਆ ਕਰ ਲਾਂਗੇ ਸਾਡੀ ਇੱਜ਼ਤ ਕੋਈ ਨਹੀਂ ਰਹੀ। ਉਹਦੇ ਬਾਅਦ ਚੰਡੀਗੜ੍ਹੋਂ ਫੋਨ ਆਉਂਦਾ ਜੀ ਅਸੀਂ ਤੁਸੀਂ ਕੇਵਲ ਸਿੰਘ ਨਾਲ ਮਿਲੋ ਜਾ ਕੇ ਲੇਕਿਨ ਅੱਜ 3 ਦਿਨ ਹੋ ਗਏ ਸਰ ਜੀ ਕੋਈ ਕਾਰਵਾਈ ਨਹੀਂ ਹੋਈ ਪੁਲਿਸ ਸਾਨੂੰ ਲਾਰੇ 'ਤੇ ਲਾਰਾ ਲਾਉਂਦੀ ਅਤੇ ਕਹਿੰਦੀ ਆ ਸਾਨੂੰ ਕਿ ਤੁਸੀਂ ਆਪਣੀ ਗੱਡੀ ਲੈ ਕੇ ਆਓ ਤਾਂ ਅਸੀਂ ਛਾਪਾ ਮਾਰਨ ਜਾਵਾਂਗੇ ਸਾਡੇ ਕੋਲ ਸਰਕਾਰੀ ਗੱਡੀ ਹੈ ਨਹੀਂ। ਦੱਸੋ ਸਰ ਜੀ ਇੱਕ ਕੁੜੀ ਚਲੀ ਗਈ ਸਾਡੀ 12.5 ਸਾਲਾਂ ਦੀ ਅਤੇ ਪੁਲਿਸ ਇਸ ਤਰ੍ਹਾਂ ਸਾਡੇ ਨਾਲ ਨਜਾਇਜ਼ ਧੱਕਾ ਕਰਦੀ ਸਾਡੀ ਸੁਣਵਾਈ ਕੋਈ ਹੁੰਦੀ ਨਹੀਂ ਸਰ। ਕੀ ਮੰਗ ਕਰਦੇ ਤੁਸੀਂ? ਮੰਗ ਕਰਦੇ ਸਰ ਜੀ ਪੁਲਿਸ ਆਪਣੀ ਕਾਰਵਾਈ ਕਰੇ ਪੂਰੀ ਠੋਕ ਕੇ ਸਰ ਜੀ ਬੰਦਾ ਅਰੈਸਟ ਹੋਵੇ ਸਾਡਾ ਬੱਚਾ ਸਾਡੇ ਕੋਲ ਆਵੇ। ਕਿਆ ਤੁਹਾਡੇ ਇੱਕ ਜੀ ਤੁਹਾਡੇ ਬੇਟੇ ਵੱਲੋਂ ਜਿਹੜੀ ਲੜਕੀ ਨੂੰ ਲੈ ਕੇ ਗਿਆ ਆਪਣੇ ਭਾਂਜੀ ਆਪਦੀ ਨੂੰ ਕੀ ਕਹਿਣਾ ਤੁਹਾਨੂੰ? ਆਪਣੇ ਵਾਲਾ ਜੋ ਮਰਜ਼ੀ ਕਰ ਦਿਓ ਉਹਨੂੰ। ਤੁਹਾਡੀ ਭਨੇਵੀ ਹੈ? ਬਹੁਤ ਹੀ ਹੱਡੀ ਹੈ। ਤੁਹਾਡਾ ਵੱਡਾ ਲੜਕਾ ਸੀਗਾ ਜੀ? ਹਾਂਜੀ। ਕਰ ਦਿਓ ਭਾਜੀ ਉਹਨੂੰ ਸਜ਼ਾ ਕਰ ਦਿਓ ਜੋ ਮਰਜ਼ੀ ਕਰ ਦਿਓ ਸਾਡੇ ਵੱਲੋਂ ਗਿਆ ਅਸੀਂ ਕੋ ਪੈ ਸਕਦੇ। ਅੱਛਾ ਸਰ ਇੱਕ ਪਿੰਡ ਆਸਲ ਉਤਾੜ ਦੀ ਲੜਕੀ ਜਿਹੜੀ 12 ਸਾਲ ਦੀ ਭੱਜੀ ਹੈ ਅਤੇ ਕੀ ਸਰਕਾਰ ਵੀ ਇਹਦੀ? ਇਹ ਜੀ ਜਗਜੀਤ ਕੌਰ ਇਹਦੀ ਸਮੈਕ ਪੁੱਤਰੀ ਮਨਪ੍ਰੀਤ ਸਿੰਘ ਵਾਸੀ ਸਿਮਲਾਪੁਰੀ ਲੁਧਿਆਣਾ ਦੀ ਰਹਿਣ ਵਾਲੀ ਆ ਅਤੇ ਆਪਣੇ ਨਾਨਕੇ ਪਿੰਡ ਇੱਥੇ ਆਈ ਸੀਗੀ ਅਤੇ ਇਹਦਾ ਸਗਾ ਹੀ ਮਾਮਾ ਜਿਹੜਾ ਗੁਰਭੇਜ ਸਿੰਘ ਸਨ ਆਫ ਸਰਦਾਰਾ ਸਿੰਘ ਵਾਸੀ ਆਸਲ ਉਤਾੜ ਜਿਹੜਾ ਇਹਨੂੰ ਲੈ ਗਿਆ ਜਿਸ ਸੰਬੰਧ ਵਿੱਚ ਮੁਕੱਦਮਾ ਨੰਬਰ 99/1970 _ IPC IPC ਥਾਣਾ ਬਟੋਆ ਦਰਜ ਸਕੱਤਰੇ 33 ਸ਼ਮਲ 'ਚ ਲਿਆਂਦੀ ਗਈ ਆ ਅਤੇ ਜਲਦੀ ਹੀ ਲੜਕੀ ਨੂੰ ਬਰਾਮਦ ਕੀਤਾ ਜਾਊ ਅਤੇ ਦੋਸ਼ੀ ਨੂੰ ਫੜ ਕੇ ਜਾਊ। ਸਰ ਪੁਲਿਸ ਵੱਲੋਂ ਕੋਈ ਕਾਰ ਛਾਪੇਮਾਰੀ ਕੀਤੀ ਜਾ ਰਹੀ? ਛਾਪੇਮਾਰੀ ਕੀਤੀ ਜਾ ਰਹੀ ਹੈ ਜੀ ਨਾਲ ਕਾਰ ਡਿਟੇਲਾਂ ਜਿਹੜੀਆਂ ਉਹ ਲਈਆਂ ਜਾ ਰਹੀਆਂ ਨੇ ਉਹਦੇ ਸੰਬੰਧ ਵਿੱਚ ਜੋ ਵੀ ਸਾਹਮਣੇ ਆਉਂਦੇ। ਪ੍ਰਾਈਮ ਉਹਦੇ ਲਈ ਤਰਨ ਤਾਰਨ ਤੋਂ ਗੁਰਮੀਤ ਵਲਟੋਹਾ ਦੀ ਰਿਪੋਰਟ।